ਹੋਰ ਕੁਛ ਨਾ ਬੋਲੀ ਬੇਟਾ। ਜੇ ਕੇ ਭਾਜੀ ਇੰਨਾ ਗੁੱਸਾ ਨਾ ਕਰੋ। ਹਾਂਜੀ ਜੇ ਕੇ ਸਾਹਿਬ, ਇੰਨਾ ਗੁੱਸਾ ਕਿਉਂ ਕਰਦੇ ਪਏ ਹੋ? ਤੁਸੀਂ ਇੰਨਾ ਗੁੱਸਾ ਕਿਉਂ ਕਰ ਰਹੇ ਹੋ ਜੇ ਕੇ ਭਾਈ ਸਾਹਿਬ? ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਤੁਸੀਂ ਅੱਜ ਤੱਕ ਮੰਮੀ ਜੀ ਨੂੰ ਮੰਮੀ ਜੀ ਕਹਿ ਕੇ ਬੁਲਾਇਆ ਹੀ ਨਹੀਂ ਹੈ, ਤੇ ਆਹ ਗੀਤ ਜਿਹੜਾ ਤਮਾਸ਼ਾ ਕਰੀ ਜਾਂਦੀ ਹੈ, ਬਸ ਤੁਸੀਂ ਉਹਦੇ ਨਾਲ ਹੀ ਖਿੱਚ ਗਏ। ਕਿਉਂ ਗੀਤ, ਇਹ ਕਿਹੜਾ ਰਿਵਾਜ਼ ਹੈ? ਪੂਰੇ ਪਰਿਵਾਰ ਨੂੰ ਆਪਣੇ ਘਰ ਇੱਦਾਂ ਬੁਲਾ ਕੇ ਆਪਸ ਦੇ ਵਿੱਚ ਕਲੇਸ਼ ਕਰਵਾ ਦੇਣਾ? ਕਲੇਸ਼ ਵਾਲੀ ਕਿਹੜੀ ਗੱਲ ਹੈ ਰੂਬੀ ਇਹਦੇ ਵਿੱਚ? ਉਹਨੇ ਤਾਂ ਬਸ ਗੱਲ ਹੀ ਕੀਤੀ ਹੈ ਨਾ। ਗੱਲ ਤਾਂ ਵੈਸੇ ਤੁਹਾਡੀ ਇਹ ਗਲਤ ਆ ਵੱਡੀ ਭਾਬੀ ਜੀ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਆਪਾਂ ਸਾਰਿਆਂ ਨੂੰ ਤਾਂ ਪਤਾ ਹੈ ਨਾ ਕਿ ਵੱਡੇ ਭਾਈ ਸਾਹਿਬ ਨੇ ਅੱਜ ਤੱਕ ਮੰਮੀ ਜੀ ਨੂੰ ਦਿਲੋਂ ਕਦੇ ਮਾਂ ਕਿਹਾ ਹੀ ਨਹੀਂ ਹੈਗਾ। ਹਾਂਜੀ, ਜੋ ਕੰਮ ਅੱਜ ਤੱਕ ਵੱਡੇ ਮਾਮਾ ਜੀ ਨੇ ਕੀਤਾ ਹੀ ਨਹੀਂ, ਉਹ ਅੱਜ ਅਚਾਨਕ ਕਿੱਦਾਂ ਕਰ ਲੈਂਗੇ? ਤੂੰ ਅਜੇ ਕੱਲ ਦੀ ਜੰਮੀ ਸਾਨੂੰ ਮਤਾਂ ਦੇਗੀ, ਤੈਨੂੰ ਕੀ ਪਤਾ ਕਿ ਉਹਨੇ ਅੱਜ ਤੱਕ ਮੈਨੂੰ ਕਦੇ ਮਾਂ ਕਿਹਾ ਕਿ ਨਹੀਂ ਕਿਹਾ? ਛੋਟੇ ਹੁੰਦਿਆਂ ਤਾਂ ਕਹਿੰਦਾ ਹੁੰਦਾ ਸੀ ਨਾ, ਕਿਉਂ ਜੇ ਕੇ ਕਹਿੰਦਾ ਸੀ ਨਾ। ਹੁਣ ਇਹ ਗੱਲਾਂ ਕਰਨਾ ਕੋਈ ਮਤਲਬ ਨਹੀਂ ਹੈ ਸ਼ਕੁੰਤਲਾ ਮਹਿਰਾ ਜੀ, ਜੇ ਹੁਣ ਤੁਸੀਂ ਫਿਰ ਵੀ ਇਹ ਗੱਲਾਂ ਕਰਨੀਆਂ ਨੇ ਤੇ ਫਿਰ ਕਰੀ ਜਾਓ, ਮੈਂ ਚੱਲਦਾ ਫਿਰ ਇੱਥੋਂ। ਪਾਪਾ ਜੀ ਤੁਸੀਂ ਬੇਸ਼ੱਕ ਇੱਥੋਂ ਚਲੇ ਜਾਓ, ਭਾਵੇਂ ਸਾਡਾ ਪਿੰਡ ਛੱਡ ਕੇ ਚਲੇ ਜਾਓ ਜਾਂ ਆਪਣੇ ਆਪ ਕੋਲੋਂ ਜਿੰਨਾ ਮਰਜ਼ੀ ਭੱਜੇ ਜਾਓ, ਪਰ ਇੱਕ ਦਿਨ ਉਹ ਜ਼ਰੂਰ ਆਏਗਾ ਜਦੋਂ ਦਾਦੀ ਮਾਂ ਨੂੰ ਤੁਸੀਂ ਮਾਂ ਕਹੋਗੇ। ਸਾਡੇ ਫੈਸਲੇ ਅਸੀਂ ਨਹੀਂ ਕਰਦੇ ਪਾਪਾ ਜੀ, ਇਸ ਦੁਨੀਆਂ ਨੂੰ ਚਲਾਉਣ ਵਾਲਾ ਪਰਮਾਤਮਾ ਬੈਠਾ ਸਾਡੇ ਸਿਰਾਂ ਤੇ ਉਹਦੀ ਮਰਜ਼ੀ ਤੋਂ ਬਗੈਰ ਇੱਕ ਪੱਤਾ ਵੀ ਨਹੀਂ ਹਿਲਦਾ, ਜੋ ਉਹ ਚਾਹੁੰਦਾ ਉਹੀ ਹੁੰਦਾ। ਤੇ ਇੱਕ ਦਿਨ ਆਏਗਾ ਪਾਪਾ ਜੀ ਜਦੋਂ ਦਾਦੀ ਮਾਂ ਨੂੰ ਤੁਸੀਂ ਮਾਂ ਕਹੋਗੇ। ਗੀਤ ਦੀਦੀ ਖਾਣਾ ਤਿਆਰ ਹੈ, ਤੁਸੀਂ ਸਾਰਿਆਂ ਨੂੰ ਬਾਹਰ ਲੈ ਕੇ ਆ ਜਾਓ ਖਾਣਾ ਖਾਣ ਵਾਸਤੇ। ਚਲੋ ਗੀਤ, ਸਾਰੇ ਚੱਲਦੇ ਆ ਖਾਣਾ ਖਾਂਦੇ ਆ, ਫਿਰ ਤੂੰ ਮੈਨੂੰ ਆਪਣੇ ਪਿੰਡ ਦਾ ਇੱਕ ਗੇੜਾ ਜ਼ਰੂਰ ਲਵਾਈ, ਮੈਂ ਵੀ ਤਾਂ ਦੇਖਾਂ ਕਿੱਦਾਂ ਦਾ ਹੈ ਤੇਰਾ ਪਿੰਡ। ਪਿੰਡ ਦਾ ਗੇੜਾ ਲਾਣ ਤਾਂ ਮੈਂ ਵੀ ਜ਼ਰੂਰ ਜਾਵਾਂਗਾ। ਜੇ ਤੂੰ ਜਾਵੇਂਗਾ ਨਾ ਪਿੰਡ, ਫਿਰ ਮੈਂ ਵੀ ਤੇਰੇ ਨਾਲ ਚੱਲਾਂਗਾ। ਜਿਹਦਾ ਜਿਹਦਾ ਦਿਲ ਕਰਦਾ ਨਾ ਪਿੰਡ ਘੁੰਮਣ ਦਾ, ਮੈਂ ਸਾਰਿਆਂ ਨੂੰ ਲੈ ਚੱਲਾਂਗੀ, ਫਿਰ ਤੁਸੀਂ ਦੇਖ ਲਿਓ ਸਾਡਾ ਸਾਰਾ ਪਿੰਡ ਘੁੰਮ ਕੇ। ਚਲੋ ਆ ਜਾਓ। ਪਰ ਸ਼ੰਕਰ ਢੋਲੀ, ਤੇਰਾ ਢੋਲ ਦੇਖ ਕੇ ਨਾ ਮੇਰੇ ਦਿਲ ਵਿੱਚ ਸਾੜ ਪੈਂਦਾ ਹੈ, ਤੇਰਾ ਢੋਲ ਦੇਖ ਕੇ ਮੈਨੂੰ ਗੀਤ ਢੋਲੀ ਦੀ ਯਾਦ ਆਉਂਦੀ ਹੈ, ਜਿਹੜੀ ਮੇਰੀ ਪਿੰਕੀ ਰਾਣੀ ਨੂੰ ਮੇਰੇ ਤੋਂ ਖੋ ਕੇ ਲੈ ਗਈ। ਮੇਰੇ ਪਿੱਛੇ ਸੁਹਾਗ ਦੀ ਸੇਜ ਤੱਕ ਪੁੱਜ ਗਈ, ਜਿਵੇਂ ਮੇਰਾ ਸ਼ਿਕਾਰ ਕਰਨਾ ਹੋਵੇ। ਸ਼ਿਕਾਰ ਭੂਸ਼ਣ ਸੇਠ ਦਾ, ਉਸ ਦਿਨ ਮੈਂ ਸ਼ਿਕਾਰ ਕਰਨਾ ਸੀ ਪਰ ਮੈਂ ਸ਼ਿਕਾਰ ਬਣ ਕੇ ਰਹਿ ਗਿਆ। ਸੇਠ ਜੀ ਤੁਸੀਂ ਚਿੰਤਾ ਨਾ ਕਰੋ ਇਸ ਗੱਲ ਦੀ, ਮੇਰੀ ਗੱਲ ਸੁਣੋ, ਠੰਡੇ ਹੋਵੋ ਠੰਡੇ, ਗਰਮ ਹੋਣ ਦਾ ਕੋਈ ਫਾਇਦਾ ਨਹੀਂ। ਇਸ ਵਾਰ ਸਿਰਫ ਇਹ ਸੋਚੋ ਕਿ ਪੂਰਾ ਮਹਿਰਾ ਪਰਿਵਾਰ ਗੀਤ ਦੇ ਪਿੰਡ ਆਇਆ ਬੈਠਾ ਤੇ ਤੁਹਾਡੇ ਵਰਗੇ ਸ਼ਿਕਾਰੀਆਂ ਨੂੰ ਸ਼ਿਕਾਰ ਖੇਡਣ ਦਾ ਇਸ ਤੋਂ ਵਧੀਆ ਮੌਕਾ ਵਾਰ ਵਾਰ ਨਹੀਂ ਮਿਲ ਸਕਦਾ। ਸ਼ਿਕਾਰ ਤਾਂ ਮੈਂ ਢੋਲ ਦੇ ਡਗੇ ਤੇ ਖੇਡਾਂਗਾ ਸ਼ੰਕਰ ਢੋਲੀ, ਗੀਤ ਢੋਲੀ ਨੂੰ ਤਬਾਹ ਕਰ ਦਿਆਂਗਾ, ਉਹਨੂੰ ਬਰਬਾਦ ਕਰ ਦਿਆਂਗਾ, ਉਹਦਾ ਨਾਮ ਮਿਟਾ ਦਿਆਂਗਾ ਮੈਂ, ਤੇ ਫਿਰ ਪਿੰਕੀ ਰਾਣੀ ਨੂੰ ਢੋਲ ਦੇ ਡਗੇ ਤੇ ਚੁੱਕ ਕੇ ਲੈ ਜਾਵਾਂਗਾ। ਭੂਸ਼ਣ ਸੇਠ ਸਾਹਿਬ, ਤੁਸੀਂ ਬੁਲਾਇਆ ਮੈਨੂੰ?
ਆ ਗਿਆ ਮੇਰਾ ਸੰਜੇ ਪੁੱਤ। ਓਏ ਅੱਜ ਕੱਲ ਤੇਰਾ ਬੜਾ ਜੀ ਲੱਗਦਾ ਗੀਤ ਢੋਲੀ ਦੇ ਘਰ ਹੈ। ਉਹ ਭੂਸ਼ਨ ਸੇਠ ਸਾਹਿਬ ਗੀਤ ਦੀਦੀ ਕਹਿੰਦੇ ਆ ਕਿ ਉਹ ਮੈਨੂੰ ਇੱਕ ਘਰ ਇੱਕ ਮੋਟਰਸਾਈਕਲ ਦਿਵਾਉਣਗੇ। ਅੱਛਾ ਤੈਨੂੰ ਨਵਾਂ ਘਰ ਮਿਲੇਗਾ, ਮੋਟਰਸਾਈਕਲ ਮਿਲੂਗੀ, ਤੇ ਪਿੰਕੀ ਰਾਣੀ ਨੂੰ ਉਹਨੂੰ ਕੀ ਮਿਲੂਗਾ? ਤੈਨੂੰ ਸ਼ਰਮ ਨਹੀਂ ਆਉਂਦੀ ਪਿੰਕੀ ਰਾਣੀ ਨੂੰ ਇਸ ਕੈਦ ਵਿੱਚ ਦੇਖ ਕੇ? ਓਏ ਤੂੰ ਇਹ ਸੋਚ ਕਿ ਉਹ ਬੱਗੀ ਕਬੂਤਰੀ ਕਿੱਦਾਂ ਉੱਥੋਂ ਉਡਾਰੀ ਮਾਰੇ ਤੇ ਫਿਰ ਕਿੱਦਾਂ ਭੂਸ਼ਨ ਸੇਠ ਦੀ ਛੱਤਰੀ ਤੇ ਆ ਕੇ ਬੈਠੇ। ਉਹ ਭੂਸ਼ਨ ਸੇਠ ਸਾਹਿਬ ਤੁਸੀਂ ਕਿਉਂ ਟੈਨਸ਼ਨ ਲੈਂਦੇ, ਉਹ ਤੁਹਾਡੀ ਛੱਤਰੀ ਤੇ ਵੀ ਬੈਠੂਗੀ। ਉਹ ਗੀਤ ਨੂੰ ਇੱਕ ਵਾਰ ਆਪਣੇ ਬੋਲ ਤਾਂ ਪੁਗਾਣ ਦਿਓ, ਉਹ ਮੈਨੂੰ ਘਰ ਤੇ ਮੋਟਰਸਾਈਕਲ ਤਾਂ ਮਿਲਣ ਦਿਓ ਪਹਿਲਾਂ, ਹੋ ਜੂ ਸਭ ਕੁਝ। ਓਏ ਮੂਰਖਾ, ਓਏ ਸੂਰਜਾਂ ਦੇ ਅੱਗੇ ਦੀਵਿਆਂ ਦੀ ਵਡਿਆਈ ਨਹੀਂ ਕਰੀਦੀ ਹੁੰਦੀ, ਤੂੰ ਮੋਟਰਸਾਈਕਲ ਨੂੰ ਰੋਣਾ? ਹੋਏ ਕੀ ਪਤਾ ਤੈਥੋਂ ਖੁਸ਼ ਹੋ ਕੇ ਸੇਠ ਜੀ ਤੈਨੂੰ ਕਾਰ ਹੀ ਦੇ ਦੇਣ। ਮੈਂ ਸ਼ੰਕਰ ਢੋਲੀ ਨਹੀਂ, ਸੰਜੇ ਬਿਲਕੁਲ ਸਹੀ ਕਹਿ ਰਿਹਾ। ਖੇਡ ਲੈਣ ਦੇ ਨੂੰ ਜਿਹੜੀ ਖੇਡ ਖੇਡਦਾ ਗੀਤ ਢੋਲੀ ਨਾਲ, ਤੇ ਤੂੰ ਵੀ ਖੇਡਦਾ ਰਹਿ। ਗੀਤ ਦੀ ਜ਼ਿੰਦਗੀ ਦੋਵੇਂ ਪਾਸਿਓਂ ਨਰਕ ਬਣਾ ਦਿਓ ਨਰਕ, ਤੇ ਫਿਰ ਇੱਕ ਵਾਰ ਜਦੋਂ ਗੀਤ ਦਾ ਕਿਲਾ ਢਹਿ ਜਾਣਾ ਹੈ ਤੇ ਫਿਰ ਪਿੰਕੀ ਨੇ ਕਿਤੇ ਟਿਕਣਾ ਹੈ, ਫਿਰ ਤਾਂ ਉਹਨੂੰ ਮੇਰੇ ਕੋਲ ਹੀ ਲੈ ਕੇ ਆਏਗਾ ਨਾ ਸੰਜੇ ਪੁੱਤ, ਸਮਝਿਆ ਨਾ ਪਤੀ ਪਰਮੇਸ਼ਵਰ? ਹਾਂਜੀ ਭੂਸ਼ਨ ਸੇਠ ਮੈਂ ਸਮਝ ਗਿਆ ਜੀ। ਬਸ ਯਾਦ ਰੱਖੀ ਕਿ ਗੀਤ ਢੋਲੀ ਨੇ ਮੈਨੂੰ ਜੇਲ੍ਹ ਦੀ ਸੈਰ ਕਰਾਈ, ਪਿੰਡ ਵਾਲਿਆਂ ਦੇ ਸਾਹਮਣੇ ਮੈਨੂੰ ਜੇਲ੍ਹ ਕੱਟਿਆ ਹੋਇਆ ਮੁਜਰਿਮ ਬਣਾ ਕੇ ਛੱਡ ਦਿੱਤਾ, ਫਿਰ ਕੀ ਰਹਿ ਗਈ ਮੇਰੀ ਸਾਰੇ ਪਿੰਡ ਦੇ ਸਾਹਮਣੇ, ਫਿਰ ਮੈਂ ਕਿੱਦਾਂ ਛੱਡ ਦੇਵਾਂ ਗੀਤ ਢੋਲੀ ਨੂੰ? ਗੀਤ ਖਾਣਾ ਖਾ ਲਿਆ ਤੂੰ? ਹਾਂਜੀ ਭੂਆ ਜੀ ਖਾ ਲਿਆ। ਆ ਲੈ ਪਿੰਨੀ ਖਾ ਲਾ, ਬਹੁਤ ਮਿੱਠੀ ਆ ਪਿੰਨੀ। ਹਾਂ ਹਾਂ ਖਾਣੇ ਤੋਂ ਬਾਅਦ ਸਾਰੇ ਮਿੱਠਾ ਖਾਂਦੇ ਤੇ ਹੈਗੇ ਆ, ਪਿੰਨੀ ਵੀ ਆ ਬਹੁਤ ਮਿੱਠੀ, ਖਾ ਖਾ। ਚੱਲ ਨਾਲੇ ਬਹੁਤ ਰਹਿ ਲਿਆ ਹੁਣ ਤੂੰ ਪੇਕੇ ਘਰ, ਹੁਣ ਆਪਣੇ ਸਹੁਰੇ ਘਰ ਵਾਪਸ ਚੱਲ, ਮੇਰਾ ਉਸ 'ਚ ਵੀ ਸਾਰਿਆਂ ਨੂੰ ਉਡੀਕ ਹੈ ਹੁਣ ਪੋਤੇ ਪੋਤਿਆਂ ਦੀ। ਇਹ ਜ਼ਿੰਮੇਵਾਰੀ ਤੇ ਤੂੰ ਤੇ ਮਲਹਾਰੀ ਨੂੰ ਪਾ ਸਕਦੇ ਹੋ ਕਿ ਨਹੀਂ? ਜੇ ਕਿ ਮਹਿਰਾ ਨੂੰ ਤੂੰ ਤਾਂ ਆਪਣੀ ਮੁੱਠੀ 'ਚ ਕਰ ਲਿਆ ਗੀਤ, ਤੇ ਬਾਕੀ ਸਾਰੇ ਮਹਿਰਾ ਪਰਿਵਾਰ ਨੂੰ ਵੀ ਆਪਣੀਆਂ ਉਂਗਲਾਂ 'ਤੇ ਨਚਾਉਂਦੀ ਫਿਰਦੀ ਹੈ ਨਾ, ਪਰ ਮੈਂ ਤੇਰੀਆਂ ਉਂਗਲਾਂ ਦੀ ਜਗ੍ਹਾ ਨਾ ਆਪਣੀਆਂ ਉਂਗਲਾਂ 'ਤੇ ਨਚਾਉਣਾ ਚਾਹੁੰਦੀ ਹਾਂ ਨਾ ਸਾਰਿਆਂ ਨੂੰ। ਆ ਮੰਮੀ ਜੀ, ਵੱਡੇ ਭਾਈ ਸਾਹਿਬ, ਵੱਡੀ ਭਾਬੀ ਅਤੇ ਆ ਚਾਨਣ ਭਾਅ ਜੀ, ਤਿੱਤ ਪੁੱਛੇ ਬਿਨਾਂ ਪੈਰ ਹੀ ਨਾ ਪੁੱਟਦੇ, ਪਰ ਅੱਜ ਮਹਿਰਾ ਪਰਿਵਾਰ ਕੰਮੂ ਭੂਆ ਕੀ ਹੋਇਆ, ਕੁਛ ਸੋਚਦੇ ਪਏ ਹੋ? ਮੈਂ ਨਹੀਂ ਨਹੀਂ ਮੈਂ ਤੇ ਕੁਛ ਨਹੀਂ ਸੋਚਦੀ ਪਈ, ਖਾ ਪਿੰਨੀ ਖਾ ਕੇ ਤੇ ਵੇਖ। ਮੈਂ ਖਾ ਲਾਂਗੀ, ਤੁਸੀਂ ਵੀ ਚੱਲੋ, ਤੁਸੀਂ ਵੀ ਸਾਡੇ ਨਾਲ ਹੀ ਜਾਣਾ ਨਾ, ਚਲੋ। ਨਹੀਂ ਨਹੀਂ ਤੁਸੀਂ ਸਾਰੇ ਚੱਲੋ, ਬਸ ਤੂੰ ਪਿੰਨੀ ਜ਼ਰੂਰ ਖਾ ਲਈ ਹੈ, ਖਾ ਲਈ। ਜੀ ਤੁਸੀਂ ਇੱਥੇ ਖੜੇ ਕੀ ਕਰ ਰਹੇ ਹੋ? ਉੱਥੇ ਸਾਰੇ ਲੋਕ ਚੱਲੇ ਨੇ, ਤੇ ਆਪ ਇਕੱਲੇ ਇਕੱਲੇ ਕੀ ਖਾ ਰਹੇ ਹੋ ਤੁਸੀਂ? ਪਿੰਨੀ ਖਾਓਗੇ ਤੁਸੀਂ ਵੀ? ਬਿਲਕੁਲ, ਜੇ ਤੁਸੀਂ ਖਵਾਓਗੇ ਤਾਂ ਮੈਂ ਜ਼ਰੂਰ ਖਾਵਾਂਗਾ, ਤੇ ਹਾਂ ਆਪਾਂ ਅੱਧਾ ਅੱਧਾ ਖਾ ਲੈ। ਅੱਛਾ
ਫਿਰ ਤੁਸੀਂ ਲੁਕ ਲੁਕ ਕੇ ਆਪਣੀ ਆਸ਼ਕੀ ਸ਼ੁਰੂ ਕਰ ਦਿੱਤੀ। ਨਹੀਂ ਨਹੀਂ ਚਾਚਾ ਜੀ, ਤੁਸੀਂ ਵੀ ਕੁਛ ਵੀ ਬੋਲਦੇ ਰਹਿੰਦੇ ਹੋ, ਜ਼ਰਾ ਸੋਚ ਲਿਆ ਕਰੋ ਕੁਛ ਬੋਲਣ ਤੋਂ ਪਹਿਲਾਂ। ਕਿਉਂ ਸੋਚਾਂ ਬਾਈ, ਮੈਂ ਕਿਹੜਾ ਕੋਈ ਝੂਠ ਬੋਲਿਆ, ਮੈਂ ਆਪ ਆਪਣੀ ਅੱਖੀ ਦੇਖਿਆ, ਤੂੰ ਆਪਣੀ ਵੋਟੀ ਦੇ ਮੂੰਹ ਚ ਪਿੰਨੀ ਪਾਉਂਦਾ ਪਿਆ ਸੀ, ਕਿੰਨਾ ਵਧੀਆ ਨਜ਼ਾਰਾ ਹੈ, ਪਿਆਰ ਤਾਂ ਡੁੱਲ ਡੁੱਲ ਪੈਂਦਾ ਤੁਹਾਡਾ ਦੋਹਾਂ ਦਾ। ਚਾਚਾ ਜੀ, ਏਦਾਂ ਦੀ ਗੱਲ ਨਹੀਂ ਹੈ। ਕੀ ਫਰਕ ਪੈਂਦਾ ਗੀਤ? ਅਹਿਮਨ ਚਾਚਾ ਜੀ ਵੈਸੇ ਵੀ ਕਿਹੜਾ ਕੁਛ ਸੋਚਦੇ ਨੇ ਕੁਛ ਬੋਲਣ ਤੋਂ ਪਹਿਲਾਂ। ਆਪਾਂ ਆਪਾਂ ਚੱਲਦੇ ਨਾ, ਸਾਰੇ ਚੱਲੇ ਤੇ ਘੁੰਮਣ, ਆਪਾਂ ਵੀ ਚੱਲਦੇ। ਚਟਾਈ ਲੈ ਚੱਲੀਏ, ਕੀ ਪਤਾ ਪਿਕਨਿਕ ਦਾ ਮੂਡ ਬਣ ਜਾਵੇ ਸਾਰਿਆਂ ਦਾ। ਚਟਾਈ ਦਾ ਕੀ ਕਰਨਾ ਗੀਤ, ਆਪਾਂ ਚੱਲਦੇ ਹਾਂ। ਚਲੋ ਆਓ। ਜਾ ਜਾ ਗੀਤ, ਜਾ 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 ਕੇ ਮਿਲ ਭੂਸ਼ਣ ਸਿਰ ਤੇ ਸ਼ੰਕਰ ਢੋਲੀ ਨੂੰ, ਜਿਹੜੇ ਪੂਰਾ ਇੰਤਜ਼ਾਮ ਕਰਕੇ ਬੈਠੇ ਹੋਣੇ ਨੇ ਤੇਰੀ ਤਬਾਹੀ ਦਾ। ਤੇ ਸਿਮੋਨ, ਉਹ ਵੀ ਭੂਸ਼ਣ ਸਿਰ ਦੇ ਫੋਨ ਦੀ ਉਡੀਕ ਕਰਦੀ ਹੋਣੀ। ਬਾਕੀ ਗੱਲ ਰਹੀ ਤੇਰੀ ਗੀਤ, ਜਿੱਦਾਂ ਹੀ ਤੂੰ ਉਹ ਪਿੰਨੀ ਖਾਧੀ, ਉਹਨੇ ਆਪਣਾ ਐਸਾ ਅਸਰ ਦਿਖਾਣਾ ਕਿ ਤੇਰਾ ਸਾਰਾ ਸਰੀਰ ਹੀ ਸੁੰਨ ਹੋ ਜਾਣਾ, ਉਂਗਲ ਉਂਗਲ ਤੱਕ ਨਹੀਂ ਹਿਲਾਈ ਜਾਣੀ ਤੇਰੇ ਕੋਲ। ਤੇ ਫਿਰ ਮੈਂ ਪੱਕੀ ਵਧਾਈ ਤੇਰੀ ਕਰੂੰਗੀ ਮਹਿਰਾ ਹਾਊਸ ਤੋਂ, ਪੱਕੀ ਵਧਾਈ। ਤੇ ਤੇਰੀ ਉਹ ਛੋਟੀ ਭੈਣ ਪਿੰਕੀ, ਉਹਨੂੰ ਲੜ ਲਊਂਗੀ ਉਸ ਸੰਜੇ ਦੇ ਨਾਲ। ਪ੍ਰਸ਼ਾਂਤ ਜੀ ਨੂੰ ਸਾਰਿਆਂ ਸਾਹਮਣੇ ਚੋਰ ਬਣਾਇਆ ਸੀ ਨਾ ਤੂੰ, ਚੋਰ। ਤੇ ਤੈਨੂੰ ਕੀ ਲੱਗਦਾ ਤੂੰ ਐਵੇਂ ਬਚ ਜਾਏਗੀ ਮੇਰੇ ਕੋਲੋਂ? ਤੈਨੂੰ ਤਾਂ ਉਹਦੀ ਸਜ਼ਾ ਮਿਲੂਗੀ, ਉਹ ਮਿਲੂਗੀ ਸਜ਼ਾ ਮੌਤ। ਹੈਲੋ, ਮੈਂ ਪ੍ਰੈਸ ਦੇ ਸਾਹਮਣੇ ਕਹਾਂਗਾ ਕਿ ਮੁਕਾਬਲਾ ਸਿਰਫ ਮੁੰਡਿਆਂ 'ਚ ਨਹੀਂ ਹੋਣਾ ਚਾਹੀਦਾ, ਹਰ ਮੁੰਡੇ ਨੂੰ ਕੁੜੀ ਦਾ ਵੀ ਸਾਹਮਣਾ ਕਰਨਾ ਪਏਗਾ। ਹਾਂਜੀ, ਮੈਂ ਹੀ ਉਹਦਾ ਮੈਂਟਰ ਹਾਂ ਅਤੇ ਮੈਨੂੰ ਇਸ ਗੱਲ 'ਤੇ ਬਹੁਤ ਮਾਣ ਹੈ। ਤਬਲਾ ਅਤੇ ਢੋਲ ਉਹ ਦੋਵੇਂ ਸਾਜ਼ ਵਜਾ ਲੈਂਦੀ ਹੈ, ਪਰ ਉਹਦੇ ਢੋਲ ਦੇ ਬੋਲ ਉਹ ਤਾਂ ਬਾ ਕਮਾਲ ਨੇ ਜੀ। ਮੈਨੂੰ ਤਾਂ ਇਹ ਲੱਗਦਾ ਕਿ ਮੁਕਾਬਲੇ ਦੀ ਜੇਤੂ ਉਹੀ ਹੋਵੇਗੀ। ਹੋ ਸਕਦੀ ਵੀ ਕਿਉਂ, ਮੈਂ ਤਾਂ ਕਹਿੰਦਾ ਉਹੀ ਜਿੱਤੂ। ਨਮਸਤੇ ਜੀ, ਮੈਂ ਤੁਹਾਨੂੰ ਬਾਅਦ 'ਚ ਕਾਲ ਕਰਾਂ। ਨਮਸਤੇ ਜੀ। ਪਰ ਤੁਸੀਂ ਦੋਵੇਂ ਜੀ? ਮੇਰਾ ਨਾਮ ਸੋਮਨਾਥ ਅਤੇ ਇਹ ਦੀਪਾਲੀ। ਨਮਸਤੇ ਜੀ। ਹਾਂਜੀ ਬੈਠੋ। ਅਸੀਂ ਤੁਹਾਨੂੰ ਖਾਸ ਤੌਰ 'ਤੇ ਮਿਲਣ ਆਏ ਹਾਂ, ਇਹ ਜੋ ਰਿਦਮ ਕੰਪੀਟੀਸ਼ਨ ਹੋ ਰਿਹਾ ਹੈ ਉਹ ਸਾਡੀ ਕੰਪਨੀ ਕਰਵਾ ਰਹੀ ਹੈ ਅਤੇ ਉਸ ਕੰਪਨੀ ਦਾ ਹੈੱਡ ਮੈਂ ਹਾਂ। ਅੱਛਾ, ਤੁਸੀਂ ਕਰਾ ਰਹੇ ਹੋ ਰਿਦਮ ਕੰਪੀਟੀਸ਼ਨ? ਹਾਂਜੀ, ਅੱਜ ਪ੍ਰੈਸ ਮੀਟ ਹੋ ਰਹੀ ਹੈ ਕੰਪੀਟੀਸ਼ਨ ਦੀ ਅਤੇ ਅਸੀਂ ਤੁਹਾਨੂੰ ਕਾਰਡ ਦੇਣ ਆਏ ਸੀਗੇ। ਯਾਨੀ ਕਿ ਤੁਸੀਂ ਸਾਰੇ ਉਮੀਦਵਾਰ, ਮੇਰਾ ਮਤਲਬ ਕੰਟੈਸਟੈਂਟ ਚੁਣ ਲਏ? ਹਾਂਜੀ, ਸਾਰੇ ਚੁਣ ਲਏ ਨੇ ਜੀ। ਪੰਜਾਬ ਦੇ ਹਰ ਕੋਨੇ ਵਿੱਚੋਂ ਸਭ ਤੋਂ ਵਧੀਆ ਕੰਟੈਸਟੈਂਟ ਆ ਰਹੇ ਨੇ ਇਸ ਕੰਪੀਟੀਸ਼ਨ ਵਿੱਚ, 9 ਮੁੰਡੇ ਅਤੇ 1 ਕੁੜੀ। ਪਰ ਉਹ ਕੁੜੀ ਸ਼ਾਇਦ ਪਹਿਲੇ ਜਾਂ ਦੂਜੇ ਰਾਊਂਡ 'ਚ ਹੀ ਬਾਹਰ ਹੋ ਜਾਏਗੀ, ਕਿਉਂਕਿ ਇਸ ਮੁਕਾਬਲੇ ਵਿੱਚ 1 ਤੋਂ ਵੱਧ ਕੇ 1 ਸਾਜ਼ ਵਜਾਉਣ ਵਾਲੇ ਆ ਰਹੇ ਨੇ। ਤੁਸੀਂ ਉਸ ਕੁੜੀ ਨੂੰ ਉਹਨਾਂ ਮੁੰਡਿਆਂ ਤੋਂ ਘੱਟ ਨਾ ਸਮਝੋ, ਉਹ ਵੀ ਇਸ ਕਰਕੇ ਕਿ ਉਹ ਇੱਕ ਕੁੜੀ ਹੈ। ਮੇਰੇ ਹਿਸਾਬ ਨਾਲ ਤਾਂ ਤੁਹਾਡੀ ਇਹ 10ਵੀਂ ਕੰਟੈਸਟੈਂਟ ਹੀ ਕੰਟੈਸਟ ਜਿੱਤੇਗੀ। ਇੰਪੋਸੀਬਲ, ਇਹ ਨਹੀਂ ਹੋ ਸਕਦਾ।
ਤੁਹਾਨੂੰ ਸ਼ਾਇਦ ਪਤਾ ਨਹੀਂ ਇਸ ਕੰਪੀਟੀਸ਼ਨ ਵਿੱਚ ਕੌਣ ਆ ਰਹੇ ਨੇ। ਉਹਨਾਂ ਦੀ ਤਾਲ ਤੇ ਲੈ ਇੰਨੀ ਵਧੀਆ ਹੈ ਕਿ ਤੁਸੀਂ ਉਹਨਾਂ ਦੀ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਤਾਲ ਤੇ ਲੈ ਸਮਝਣਾ ਮੇਰਾ ਕੰਮ ਹੈ, ਪਰ ਮਾਫ ਕਰਨਾ ਤੁਸੀਂ ਉਹਦੀਆਂ ਬਰੀਕੀਆਂ ਨਹੀਂ ਸਮਝ ਸਕਦੇ। ਬਸ ਇਹ ਸਮਝ ਲਓ ਕਿ ਮੇਰੀ ਉਹ ਸ਼ਗਿਰਦੀ ਜਿੱਤੇਗੀ। ਜੇ ਤੁਹਾਨੂੰ ਇੰਨਾ ਹੀ ਯਕੀਨ ਹੈ ਤਾਂ ਪ੍ਰੈਸ ਮੀਟ ਚ ਕਹਿ ਦਿਓ ਸਾਰਿਆਂ ਦੇ ਸਾਹਮਣੇ ਆ ਗੱਲ। ਨਾਲੇ ਹਾਰ ਜਿੱਤ ਤਾਂ ਬਾਅਦ ਦੀ ਗੱਲ ਹੈ, ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਇਸ ਕੰਪੀਟੀਸ਼ਨ ਵਿੱਚ ਲੁਧਿਆਣੇ ਦੇ ਮਸ਼ਹੂਰ ਸੰਜੀਦਾ ਚੰਕੀ ਵੀ ਇੱਕ ਕੰਟੈਸਟੈਂਟ ਦੇ ਮੈਂਟਰ ਨੇ। ਚੰਕੀ ਜੀ ਵੀ ਕਿਸੇ ਦੀ ਤਿਆਰੀ ਕਰਵਾ ਰਹੇ ਨੇ। ਹਾਂਜੀ, ਕੀ ਹੋਇਆ, ਨਾਮ ਸੁਣ ਕੇ ਡਰ ਗਏ ਤੁਸੀਂ? ਨਹੀਂ ਉਹ ਗੱਲ ਨਹੀਂ ਹੈ, ਪਰ ਫਿਰ ਵੀ ਕਿਹਦੀ ਤਿਆਰੀ ਕਰਵਾ ਰਹੇ ਨੇ? ਉਹਨਾਂ ਨੇ ਆਪ ਹੀ ਚੁਣਿਆ ਹੈ ਪਵਨ ਢੋਲੀ ਨੂੰ। ਉਸ ਗੀਤ ਢੋਲੀ ਦੀ ਇੰਨੀ ਹਿੰਮਤ, ਇੱਕ ਤਾਂ ਸਾਡੇ ਘਰ ਆ ਵੜੀ ਤੇ ਉੱਤੋਂ ਸਾਡੇ ਨਾਲ ਗੱਲਾਂ ਕਿੱਦਾਂ ਦੀਆਂ ਕਰਦੀ ਸੀ ਦੇਖਿਆ ਤੁਸੀਂ? ਇੱਕ ਪਾਸੇ ਤਾਂ ਸਾਡੀ ਸ਼ਰਤ ਮੰਨਣ ਦਾ ਡਰਾਮਾ ਤੇ ਦੂਜੇ ਪਾਸੇ ਸਾਨੂੰ ਇਹ ਕਹਿਣ ਆ ਗਈ ਕਿ ਇਸ ਸ਼ਰਤ ਨੂੰ ਛੱਡ ਦਿਓ। ਬੜੀ ਤੇਜ਼ ਬਣਦੀ ਹੈ ਤੇ ਉਹਦੇ ਪਿੱਛੇ ਪਿੱਛੇ ਉਹੀ ਹਾਲ ਤਾਨੀਆਂ ਦਾ ਵੀ ਹੁੰਦਾ ਜਾਂਦਾ। ਕਿਸੇ ਨੂੰ ਕੀ ਕਹਿਣਾ ਜੇ ਆਪਣਾ ਸਿੱਕਾ ਹੀ ਖੋਟਾ ਹੋਵੇ ਤਾਂ? ਸਾਡਾ ਆਕਾਸ਼ ਤਾਂ ਤਾਨਿਆਂ ਦੇ ਥੱਲੇ ਲੱਗੀ ਬੈਠਾ ਹੈ। ਮੁੰਡਾ ਵਿਆਹਿਆ ਸੀ, ਨੂੰਹ ਘਰ ਲਿਆਂਦੀ ਸੀ ਤੇ ਸੋਚਿਆ ਸੀ ਕਿ ਮੈਂ ਹੁਣ ਆਰਾਮ ਨਾਲ ਬੈਠਾਂਗੀ ਤੇ ਨੂੰਹ ਆਪੇ ਘਰ ਸਾਂਭੂਗੀ। ਹਾਂਜੀ ਬਿਲਕੁਲ, ਘਰ ਤਾਂ ਨੂੰਹ ਹੀ ਸਾਂਭੂਗੀ ਤੇ ਘਰ ਦਾ ਸਾਰਾ ਕੰਮ ਵੀ ਇਕੱਲੀ ਨੂੰਹ ਹੀ ਕਰੇਗੀ। ਸਵੇਰ ਨੂੰ ਸਭ ਤੋਂ ਪਹਿਲਾਂ ਉੱਠੇਗੀ, ਫਿਰ ਤੁਹਾਡੇ ਸਾਰਿਆਂ ਲਈ ਪਰੌਂਠੇ ਤਲੇਗੀ ਤੇ ਜਿਹਦਾ ਨਹੀਂ ਦਿਲ ਕਰੂਗਾ ਪਰੌਂਠੇ ਖਾਣ ਨੂੰ ਉਹਦੇ ਲਈ ਪੂਰੀਆਂ, ਇੱਧਰ ਆਖਰੀ ਪੂਰੀ ਕੜਾਈ ਵਿੱਚ ਫਰਾਈ ਹੋਊਗੀ ਤੇ ਉਧਰੋਂ ਝਾੜੂ ਚੱਕ ਲਏਗੀ, ਝਾੜੂ ਮਾਰੇਗੀ, ਘਰ ਦਾ ਕੋਨਾ ਕੋਨਾ ਪੋਚਾ ਮਾਰ ਮਾਰ ਸਾਫ਼ ਕਰੇਗੀ, ਇੱਧਰ ਸਫਾਈਆਂ ਦਾ ਕੰਮ ਖਤਮ ਤੇ ਦੁਪਹਿਰ ਦੇ ਖਾਣੇ ਦੀ ਤਿਆਰੀ ਸ਼ੁਰੂ। ਸਬਜ਼ੀਆਂ ਕੱਟੇਗੀ, ਵੱਖ ਵੱਖ ਤਰ੍ਹਾਂ ਦੇ ਮਸਾਲੇ ਕੁੱਟੇਗੀ ਤੇ 5-7 ਤਰ੍ਹਾਂ ਦੇ ਪਕਵਾਨ ਬਣਾ ਕੇ ਸਾਡੇ ਮੂਹਰੇ ਰੱਖ ਦੇਗੀ ਕਿ ਖਾਓ। ਤੇ ਆਪ ਨੂੰ ਰਾਣੀ ਜਾਏਗੀ ਪੂਜਾ ਰੂਮ ਵਿੱਚ, ਉੱਥੇ ਜਾ ਕੇ ਪੂਜਾ ਕਰੇਗੀ, ਭੂਆ ਜੀ ਨੂੰ ਪੜ੍ਹ ਕੇ ਵਰਤ ਦੀ ਕਥਾ ਸੁਣਾਏਗੀ, ਇੱਦਾਂ ਸਵੇਰ ਤੋਂ ਲੈ ਕੇ ਰਾਤ ਤੱਕ ਉਹ ਸਾਰਾ ਕੰਮ ਕਰੇਗੀ ਤੇ ਤੁਸੀਂ ਤੁਸੀਂ ਸਾਰੇ ਜਾਣੇ ਲੱਤ ਤੇ ਲੱਤ ਧਰ ਕੇ ਹੁਕਮ ਚਲਾਓਗੇ। ਕਿਉਂ, ਜਰਾ ਤਮੀਜ਼ ਨਾਲ ਗੱਲ ਕਰ ਤਾਨੀਆ, ਤੂੰ ਤਾਂ ਉਹਦੀ ਸ਼ੁਰੂ ਹੋ ਗਈ। ਅੱਛਾ, ਕੌਣ ਸ਼ੁਰੂ ਹੋ ਗਈ? ਮੈਂ ਤਾਂ ਸ਼ੁਰੂ ਨਹੀਂ ਹੋਈ ਹਜੇ। ਸ਼ੁਰੂ ਤਾਂ ਤੁਸੀਂ ਹੋਏ ਸੀ, ਆਕਾਸ਼ ਨੂੰ ਵਾਪਿਸ ਲੈ ਕੇ ਆਉਣ ਲੱਗੇ ਸੀ ਨਾ ਵਿਆਹ ਦੇ ਮੰਡਪ ਚੋਂ। ਤੂੰ ਫੇਰ ਉਹੀ ਰਾਗ ਛੇੜ ਕੇ ਬਹਿ ਗਈ, ਕਦੋਂ ਤੱਕ ਤੇਰੇ ਕੋਲ ਮੰਡਪ ਵਾਲੀ ਇਹ ਕਹਾਣੀ ਸੁਣਨੀ ਪਏਗੀ? ਚੁੱਪ ਕਰ ਨਿਮਰਤ, ਲੰਚ ਤਿਆਰ ਹੈ? ਲੰਚ ਦੀ ਟੈਨਸ਼ਨ ਲਓ ਡੈਡੀ ਜੀ, ਲੰਚ ਆ ਗਿਆ। ਤੇਰਾ ਕ੍ਰੈਡਿਟ ਕਾਰਡ ਤੇ ਮੇਰੇ ਕੋਲ ਸੀ, ਫਿਰ ਤੂੰ ਇਹ ਲੰਚ ਕਿੱਥੋਂ ਲੈ ਕੇ ਆਇਆ? ਆਕਾਸ਼ ਨੇ, ਮੈਂ ਲੈ ਕੇ ਆਈ ਹਾਂ, ਮੇਰੇ ਕੋਲ ਵੀ ਕ੍ਰੈਡਿਟ ਕਾਰਡ ਹੈਗਾ ਆ। ਲਓ ਅੱਜ ਦਾ ਲੰਚ ਤੁਹਾਡੇ ਸਾਰਿਆਂ ਲਈ ਮੇਰੇ ਵੱਲੋਂ। ਪਰ ਅਸੀਂ ਤੇਰੇ ਪੈਸਿਆਂ ਨਾਲ ਲਿਆਂਦਾ ਖਾਣਾ ਕਿੱਦਾਂ ਖਾ ਸਕਦੇ ਹਾਂ? ਆਕਾਸ਼, ਤੂੰ ਤਾਂ ਕਹਿੰਦਾ ਸੀ ਕਿ ਮੈਂ ਆਪਣੀ ਜ਼ਿੰਮੇਵਾਰੀ ਸਮਝਾਂਗਾ, ਆ ਨਿਭਾਉਣਾ ਪਿਆ ਜ਼ਿੰਮੇਵਾਰੀਆਂ। ਕਿਉਂ ਅੰਕਲ ਜੀ, ਇਹਦੇ ਵਿੱਚ ਕੀ ਗਲਤ ਹੋ ਗਿਆ? ਮੈਂ ਵੀ ਤਾਂ ਇਸ ਘਰ ਦਾ ਹਿੱਸਾ ਆ ਨਾ, ਜੇ ਘਰ ਦੀ ਨੂੰਹ ਘਰ ਦੇ ਲਈ ਕੋਈ ਸਮਾਨ ਲਿਆਵੇ ਤਾਂ ਇਹਦੇ ਵਿੱਚ ਤੁਹਾਡੀ ਬੇਇੱਜ਼ਤੀ ਹੋਵੇ। ਘਰ ਦੀ ਨੂੰਹ ਨੂੰ ਤੁਸੀਂ ਘਰ ਦਾ ਹਿੱਸਾ ਕਿਉਂ ਨਹੀਂ ਸਮਝਦੇ? ਉਹਨੂੰ ਹਮੇਸ਼ਾ ਤੁਸੀਂ ਬੇਗਾਨੀ ਮੰਨਣਾ। ਠੀਕ ਹੈ ਠੀਕ ਹੈ, ਨਹੀਂ ਸਮਝਦੇ ਤੈਨੂੰ ਬੇਗਾਨੀ। ਤੇਰੀ ਗੱਲ ਵੀ ਸਹੀ ਹੈ, ਸਾਡੀ ਨੂੰਹ ਸਾਡੇ ਲਈ ਬਾਹਰੋਂ ਲੰਚ ਲੈ ਕੇ ਆਈ ਹੈ। ਕਿਉਂ ਆਕਾਸ਼? ਹਾਂਜੀ ਮਾਮੇ ਜੀ,
ਸਾਰਾ ਕੁਝ ਤੁਹਾਡੀ ਪਸੰਦ ਹੀ ਆਈ ਤਾਂ ਦੇਖਾਂ ਕੀ ਲੈ ਕੇ ਆਈ ਹੈ। ਓ ਹਾਂ, ਇਹ ਤਾਂ ਤੇਰੇ ਪਾਪਾ ਦੀ ਫੇਵਰੇਟ ਦਾਲ ਤੜਕਾ ਹੈ। ਪਰ ਉਹ ਤਾਂ ਅੱਜ ਖਾ ਹੀ ਨਹੀਂ ਸਕਦੇ, ਉਹਨਾਂ ਨੂੰ ਐਸੀਡਿਟੀ ਦੀ ਪ੍ਰੋਬਲਮ ਹੈ ਨਾ, ਇਸੇ ਕਰਕੇ ਇਹਦਾ ਤਾਂ ਕੋਈ ਕੰਮ ਨਹੀਂ। ਹੋਰ ਕੀ ਹੈ? ਲੱਛਾ ਪਰਾਂਠਾ? ਓ ਪਰ ਇਹਨਾਂ ਤੇ ਤਾਂ ਤੇਲ ਬਹੁਤ ਜ਼ਿਆਦਾ ਹੁੰਦਾ ਤੇ ਅੱਜ ਕਿਸੇ ਨੇ ਵੀ ਨਹੀਂ ਖਾਣੇ। ਸਾਨੂੰ ਤਾਂ ਸਿੰਪਲ ਜਿਹਾ ਤਵੇ ਦਾ ਫੁਲਕਾ ਮਿਲ ਜਾਵੇ, ਬਸ ਉਹਦੇ ਨਾਲ ਹੀ ਭੁੱਖ ਲੈ ਜਾਂਦੀ ਹੈ, ਇਸੇ ਕਰਕੇ ਇਹਦਾ ਵੀ ਕੀ ਕੰਮ। ਹੋਰ ਕੀ ਹੈ? ਮਲਾਈ ਚਾਂਪ, ਇਹ ਵੀ ਕਿਸੇ ਨੇ ਨਹੀਂ ਖਾਣੀ। ਰੁਕੋ ਆਂਟੀ ਜੀ, ਤੁਹਾਨੂੰ ਪਤਾ ਵੀ ਹੈ ਤੁਸੀਂ ਕੀ ਕਰ ਰਹੇ ਹੋ? ਖਾਣੇ ਦੀ ਬੇਕਦਰੀ ਕਰ ਰਹੇ ਹੋ ਤੁਸੀਂ, ਖਾਣਾ ਬਰਬਾਦ ਕਰ ਰਹੇ ਹੋ ਤੁਸੀਂ। ਤੁਹਾਨੂੰ ਪਤਾ ਵੀ ਇਸ ਦੁਨੀਆਂ ਵਿੱਚ ਇੱਦਾਂ ਦੇ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਇੱਕ ਟਾਈਮ ਦਾ ਵੀ ਚੱਜ ਨਾਲ ਖਾਣਾ ਨਹੀਂ ਮਿਲਦਾ। ਹਾਂ, ਤੈਨੂੰ ਤਾਂ ਇੱਦਾਂ ਦੇ ਲੋਕਾਂ ਦਾ ਬੜਾ ਪਤਾ ਹੋਣਾ, ਕਿਉਂਕਿ ਤੇਰੀ ਭਾਬੀ ਵੀ ਤਾਂ ਇਹਨਾਂ ਲੋਕਾਂ ਵਿੱਚੋਂ ਹੀ ਹੈ ਨਾ, ਤੇ ਹੁਣ ਤਾਂ ਤੇਰਾ ਮਲਹਾਰ ਬਰੋ ਉਹ ਵੀ ਤਾਂ ਤੇਰੀ ਭਾਬੀ ਵਰਗਾ ਬਣਨ ਹੀ ਚਲਾ ਗਿਆ ਉਹਦੇ ਪਿੰਡ ਵਿੱਚ। ਅੱਛਾ, ਤੁਸੀਂ ਕੀ ਜਾਣਦੇ ਹੋ? ਜਾਣਦੇ ਕੀ ਹੋ ਤੁਸੀਂ ਮੇਰੀ ਗੀਤ ਭਾਬੀ ਬਾਰੇ? ਉਹ ਤਾਂ ਇਹ ਵੀ ਕਹਿੰਦੀ ਹੈ ਕਿ ਜਿਹੜੇ ਲੋਕ ਖਾਣੇ ਦੀ ਕਦਰ ਨਹੀਂ ਨਾ ਕਰਦੇ, ਇੱਕ ਦਿਨ ਖਾਣਾ ਵੀ ਉਹਨਾਂ ਦੀ ਕਦਰ ਨਹੀਂ ਕਰਦਾ। ਆਪਣੇ ਉਪਦੇਸ਼ ਆਪਣੇ ਕੋਲ ਰੱਖ, ਜਾਣਦੇ ਹਾਂ ਅਸੀਂ ਤੇਰੀ ਗੀਤ ਭਾਬੀ ਨੂੰ। ਆਪਣੇ ਹੀ ਪਿੰਡ ਵਿੱਚ ਰਹਿਣਾ ਔਖਾ ਹੋਇਆ ਪਿਆ ਉਹਦਾ ਇਸ ਵੇਲੇ, ਕਰੇ ਵੀ ਕੀ, ਸਹੁਰੇ ਘਰ ਦੀਆਂ ਐਸ਼ਾਂ ਤੇ ਅਮੀਰੀ ਦੀ ਆਦਤ ਪੈ ਗਈ ਹੈ ਨਾ ਉਹਨੂੰ, ਤਾਂ ਹੀ ਉਹ ਆਈ ਸੀ ਉਹ ਢੋਲੀ ਦੀ ਕੁੜੀ ਤੇ ਤੇਰਾ ਮਲਹਾਰ ਬਰੋ ਹੱਥ ਪੈਰ ਜੋੜਨ ਵਾਸਤੇ। ਆਖਿਰ ਸਾਨੂੰ ਸਾਡੇ ਘਰ ਵਾਪਸ ਜਾ ਲੈਂਦੇ ਹੋ? ਗੀਤ ਭਾਬੀ ਤੇ ਮਲਹਾਰ ਬਰੋ ਇੱਥੇ ਆਏ ਸੀ? ਹਾਂ, ਆਏ ਸੀ ਇੱਥੇ, ਤੇਰੀ ਗੀਤ ਭਾਬੀ ਤੇ ਤੇਰਾ ਮਲਹਾਰ ਬਰੋ ਬੜੀਆਂ ਗੱਲਾਂ ਕਰਦੇ ਸੀ। ਉਹ ਇੱਥੇ ਆਏ, ਇੰਨੀਆਂ ਗੱਲਾਂ ਹੋ ਗਈਆਂ ਤੇ ਤੁਸੀਂ ਸਾਨੂੰ ਦੱਸਿਆ ਵੀ ਨਹੀਂ। ਅਸੀਂ ਤੈਨੂੰ ਦੱਸਿਆ ਨਹੀਂ, ਤੂੰ ਇਹ ਕਹਿਣਾ ਚਾਹੁੰਦੀ ਹੈ ਕਿ ਤੈਨੂੰ ਪਤਾ ਹੀ ਨਹੀਂ ਸੀ ਉਹਨਾਂ ਦੇ ਇੱਥੇ ਆਉਣ ਦਾ? ਓਦਾਂ ਤਾਂ ਤੇਰੀ ਗੀਤ ਭਾਬੀ ਹਰ ਛੋਟੀਆਂ ਛੋਟੀਆਂ ਗੱਲਾਂ ਤੈਨੂੰ ਦੱਸਦੀ ਹੈ, ਤੇ ਐਡੀ ਵੱਡੀ ਗੱਲ ਤੈਨੂੰ ਦੱਸੀ ਨੀ? ਜ਼ਿਆਦਾ ਡਰਾਮੇ ਨਾ ਕਰ ਸਾਡੇ ਸਾਹਮਣੇ, ਸਾਨੂੰ ਚੰਗੀ ਤਰ੍ਹਾਂ ਪਤਾ ਹੈ ਤੇਰੇ ਘਰ ਵਾਲਿਆਂ ਦਾ। ਹੁਣ ਸਾਰੇ ਜਾਣੇ ਗਏ ਨੇ ਗੀਤ ਦੇ ਪਿੱਛੇ ਉਹਦੇ ਪਿੰਡ, ਇਕੱਠੇ ਹੋ ਗਏ ਉਹਨੂੰ ਮਨਾਉਣ ਵਾਸਤੇ। ਕੀ ਕਹਿ ਰਹੇ ਹੋ ਤੁਸੀਂ? ਮਹਿਰਾ ਫੈਮਿਲੀ ਵਾਲੇ ਗੀਤ ਭਾਬੀ ਦੇ ਪਿੰਡ ਗਏ ਨੇ ਗੀਤ ਭਾਬੀ ਨੂੰ ਵਾਪਿਸ ਲੈਣ? ਤੇਰੇ ਨਾਲ ਤੇ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ, ਪਰ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਲੈ ਆਕਾਸ਼, ਜੇ ਉਹ ਢੋਲੀ ਦੀ ਕੁੜੀ ਦੁਬਾਰਾ ਮਹਿਰਾ ਹਾਊਸ ਵਿੱਚ ਆਈ ਤਾਂ ਤੇਰੀ ਵਹੁਟੀ ਵੀ ਜਾਏਗੀ ਉਸੇ ਘਰ, ਫਿਰ ਦੋਵੇਂ ਨਨਾਣ ਭਰਜਾਈ ਉੱਥੇ ਇਕੱਠੀਆਂ ਰਹਿਣ। ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਆਕਾਸ਼ ਕਿ ਸਾਰੇ ਜਾਣੇ ਇਕੱਠੇ ਹੋ ਗਏ ਗੀਤ ਭਾਬੀ ਨੂੰ ਲੈਣ ਗਏ ਨੇ। ਹਾਂ ਗਏ ਨੇ ਨਾ, ਬਹੁਤ ਵਧੀਆ ਗੱਲ। ਮੈਂ ਤਾਂ ਕਹਿੰਦਾ ਕਿ ਆਪਾਂ ਵੀ ਚੱਲਦੇ ਬੈਸਟ ਦੇ ਪਿੰਡ। ਮੰਮੀ ਜੀ, ਡੈਡੀ ਜੀ, ਤੁਸੀਂ ਚੱਲੋਗੇ ਸਾਡੇ ਨਾਲ? ਤਾਨੇ ਦਾਦੀ ਮਾਂ ਨੇ ਵੈਸੇ ਸਾਨੂੰ ਸਾਰਿਆਂ ਨੂੰ ਉੱਥੇ ਬੁਲਾਇਆ।
ਤੈਨੂੰ ਸਮਝ ਨਹੀਂ ਆ ਰਿਹਾ ਅਸੀਂ ਇੰਨੇ ਦਿਨਾਂ ਤੋਂ ਤੈਨੂੰ ਕੀ ਕਹਿ ਰਹੇ ਹਾਂ? ਇੱਕ ਵਾਰ ਦੁਬਾਰਾ ਸੁਣ ਲੈ, ਅਸੀਂ ਉਸ ਢੋਲੀ ਦੀ ਕੁੜੀ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ। ਜੇ ਉਹ ਗੀਤ ਦੁਬਾਰਾ ਮਹਿਰਾ ਹਾਊਸ ਵਿੱਚ ਆਈ ਤਾਂ ਮੈਂ ਇਸ ਤਾਨੀਆ ਨੂੰ ਵੀ ਭੇਜ ਦੇਣਾ ਉਸ ਘਰ ਵਿੱਚ।